ਵੀਰੋ ਭੈਣੋ ਤੁਸੀਂ ਜਾਣਦੇ ਹੋ ਵੀ ਸ਼ਹੀਦੀ ਦਿਹਾੜੇ ਉਹ ਸ਼ੁਰੂ ਹੋਣ ਵਾਲੇ ਨੇ ਤੇ ਜਿਨ੍ਹਾਂ ਤੁਸੀਂ ਸੱਚੀਉਂ ਜਾਣਨਾ ਚਾਹੁੰਦੇ ਹੋ ਜਿਨ੍ਹਾਂ ਨੂੰ ਤੁਸੀਂ ਇੰਨਾ ਪਿਆਰ ਕਰਦੇ ਹੋ ਗੁਰੂ ਗੋਬਿੰਦ ਸਿੰਘ ਜੀ ਵੀ ਕਿਵੇਂ ਵਿਛੋੜਾ ਹੋਇਆ ਉਹਨਾਂ ਦੇ ਪਰਿਵਾਰ ਦਾ ਸਰਸਾਂ ਨਦੀ ਦੇ ਉੱਤੇ ਕਿਵੇਂ ਜੰਗ ਲੜੇ ਵੱਡੇ ਸਾਹਿਬਜ਼ਾਦੇ ਸ੍ਰੀ ਚਮਕੌਰ ਸਾਹਿਬ ਦੀ ਤੇ ਕਿਵੇਂ ਜਣੇ ਗਏ ਛੋਟੇ ਸਾਹਿਬਜ਼ਾਦੇ ਸਰਹੰਦ ਦੀ ਕੰਦ ਦੇ ਵਿੱਚ ਇੱਕ ਵਾਰ ਸਿਰਫ ਇੱਕ ਸਮਾਗਮ ਜ਼ਰੂਰ ਅਟੈਂਡ ਕਰਕੇ ਦੇਖੋ ਕਿਹੜਾ ਸਮਾਗਮ ਜਿਹੜਾ ਸਮਾਗਮ ਗਿਆਨੀ ਪਿੰਦਰਪਾਲ ਸਿੰਘ ਜੀ ਤੇ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਉਹ ਕਈ ਸਾਲਾਂ ਤੋਂ ਕਰਦੇ ਆ ਰਹੇ ਨੇ ਤੇ ਇਸ ਵਾਰ ਇਹ ਸਮਾਗਮ 11 ਦਸੰਬਰ ਨੂੰ ਹੋ ਰਿਹਾ ਸ਼੍ਰੀ ਚਮਕੌਰ ਸਾਹਿਬ 12 ਦਸੰਬਰ ਨੂੰ ਸ਼੍ਰੀ ਮਾਛੀਵਾੜਾ ਸਾਹਿਬ 13 ਦਸੰਬਰ ਨੂੰ ਸ਼੍ਰੀ ਜੋਤੀ ਸਰੂਪ ਸਹਿਬ ਇਹਦੀ ਸਮਾਪਤੀ ਹੋਣੀ ਆ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਵਾਲੇ ਦਿਨ 14 ਦਸੰਬਰ ਨੂੰ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਇਹ ਸਮਾਗਮ ਇੰਨਾ ਕਿ ਜ਼ਿਆਦਾ ਵਧੀਆ ਹੁੰਦਾ ਨਾ ਐਵੇਂ ਲੱਗਦਾ ਹੁੰਦਾ ਜਿਵੇਂ ਆਪਾਂ ਸੱਚੀਓਂ ਦਰਸ਼ਨ ਕਰ ਰਹੇ ਹਾਂ ਚਮਕੌਰ ਸਾਹਿਬ ਦੀ ਜੰਗ ਦੇ ਐਵੇਂ ਲੱਗਦਾ ਹੁੰਦਾ ਵੀ ਭਾਈ ਟੋਡਰ ਮਲ ਜੀ ਤੇ ਭਾਈ ਮੋਤੀराम ਮਹਾਰਾਜ ਜੀ ਸਹਿਬਜ਼ਾਦਿਆਂ ਦਾ ਸਸਕਾਰ ਕਰ ਰਹੇ ਨੇ ਤੇ ਆਪਾਂ ਵੀ ਨਾਲ ਬੈਠੇ ਆਂ ਹਰ ਇੱਕ ਦੀ ਅੱਖ 'ਚ ਹੰਝੂ ਹੁੰਦਾ ਸਾਰੀ ਸੰਗਤਾਂ ਦੀਆਂ ਅੱਖਾਂ 'ਚ ਹੰਝੂ ਹੁੰਦਾ ਵੀਰੋ ਪਲੀਜ਼ ਇੱਕ ਵਾਰ ਰੱਬ ਦਾ ਵਾਅਦਾ ਇਹ ਅਟੈਂਡ ਕਰਕੇ ਦੇਖੋ